ਅੱਜ ਦਾ ਮੇਨ ਵਲੌਗ ਹੈਗਾ ਇਸ ਟੌਪਿਕ ਤੇ ਕਿ ਅਸੀਂ ਸਾਡੀ ਮੈਰਿਜ ਕਦੋਂ ਹੋਈ ਸੀ ਕਿ ਕਦੋਂ ਹੋਇਆ ਹਨਾ ਕਦੋਂ ਹੋਇਆ ਦੱਸਿਓ ਤੁਸੀਂ ਦੱਸਿਓ ਤੁਸੀਂ ਦੱਸੋ ਤੁਸੀਂ ਪੂਰੀ ਦੇਸਣ ਹੀ ਇਹ ਮੈਨੂੰ ਹੁਣ ਕੀ ਹੋਇਆ ਮੈਂ ਹੋ ਜਾ ਵੀ ਦੇਸਣ ਅੱਜ ਤੇਰੀ ਜੈਕਟ ਚ ਨਿਕਲੀ ਵੀਰ ਪੂੜੀ ਮਾੜਾ ਜੂਮ ਕਰੀ ਮਾੜਾ ਭਾਬੀ ਵੇਖਿਓ ਮਾੜਾ ਵੀਰੇ ਮੈਂ ਇਹੋ ਜੇ ਕੰਮ ਨਹੀਂ ਕਰਦਾ ਆ ਪੂੜੀ ਵੇਖਿਓ ਗਾਲੀ ਟੈਮੋ ਆ ਕੀ ਆ ਦੂਜਾ ਆ ਉਹ ਨਾਲੇ ਆ ਗਈ ਅੱਛਾ ਵੇਲਾ ਇਹਨੂੰ ਇਹ ਹੁੰਦਾ ਵੀ ਮੈਂ ਕਿਹੜੇ ਵੇਲੇ ਮੌਕਾ ਲੱਭਾਂ ਤੇ ਰੌਲਾ ਪਾਵਾਂ ਇੰਨਾ ਹਨਾ ਪਾਉਂਦੇ ਪਤਾ ਕਾਦੇ ਦੀ ਆ ਕੱਪੜਿਆਂ ਦਾ ਸਮੈਲ ਨਹੀਂ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਸਹੀ ਲੱਗਦੀ ਆ ਹਾਂਜੀ ਵੀਰੇ ਬਾਟੇ ਖੁੱਲੀ ਜੀ ਲੱਗਣਦੀ ਆ ਥੋੜੀ ਜੀ ਤੁਹਾਨੂੰ ਹਾਂਜੀ ਫਿੱਟ ਕਰ ਦਿੰਦਾ ਟ੍ਰੈਂਡ ਅੱਜ ਕੱਲ੍ਹ ब्रेकफास्ट करना बट ਸੱਚੀ ਬੜੇ ਲੇਜ਼ੀ ਆ ਕਿ ਅਸੀਂ ਸਾਨੂੰ ਨਹੀਂ ਪਤਾ ਸਾਡਾ ਬ੍ਰੇਕਫਾਸਟ ਹੈ ਕਿ ਸਾਡਾ ਲੰਚ ਲੰਚ ਸਹੀ ਗੱਲ ਆ 12 ਵਜ ਗਏ ਹਨ 12 ਵਜ ਗਏ ਨਾ ਸਾਡਾ ਬ੍ਰੇਕਫਾਸਟ ਨਾ ਸਾਡਾ ਲੰਚ ਬਟ ਫਾਈਨਲੀ ਅਸੀਂ ਬੀਚ ਤੇ ਆਏ ਸੀ ਸਾਨੂੰ ਸੀ ਅਸੀਂ ਕਿਸੇ ਵਿਊ ਪੁਆਇੰਟ ਤੇ ਜਾ ਕੇ ਬ੍ਰੇਕਫਾਸਟ ਕਰੀਏ ਦੈਨ ਅਸੀਂ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਜਿੰਨਾ ਕੁ ਹੋ ਸਕਿਆ ਜਿੰਨਾ ਤੱਕ ਫੂਡ ਨਹੀਂ ਆਉਂਦਾ ਅਸੀਂ ਤੁਹਾਨੂੰ ਦੱਸ ਦਿਆਂ ਅਗਰ ਸਾਡਾ ਫੂਡ ਆ ਗਿਆ ਦੈਨ ਅਸੀਂ ਖਾ ਪੀ ਕੇ ਫਿਰ ਕੰਟੀਨਿਊ ਰੱਖਾਂਗੇ ਠੀਕ ਆ ਅੱਛਾ ਜੀ ਐਂਡ ਚਲੋ ਜੀ ਪਹਿਲੀ ਗੱਲ ਇਹ ਸੀ ਕਿ ਸਾਡਾ ਵਿਆਹ ਕਦੋਂ ਹੋਇਆ ਹਨਾ ਕਦੋਂ ਹੋਇਆ ਦੱਸਿਓ ਤੁਸੀਂ ਦੱਸਿਓ ਤੁਸੀਂ ਦੱਸਿਓ ਨਹੀਂ ਨਹੀਂ ਜ਼ਿਆਦਾ ਨਹੀਂ ਸਹੀ ਦੱਸ ਮੈਂ ਤੁਸੀਂ ਦੱਸਿਓ ਅੱਛਾ ਵਿਆਹ ਆਇਆ ਸੀ ਸਾਡਾ 2013 ਚ ਹਾਂ ਤੇ ਮੈਰਿਜ ਹੋਈ ਵਿਆਹ ਹੋਇਆ ਸੀ 2013 ਚ ਤੇ ਮੈਰਿਜ ਹੋਈ ਮੈਰਿਜ ਤੇ ਵਿਆਹ ਦੇ ਫਰਕ ਕੀ ਹੈ ਸੰਨੂ ਆ ਪਾਸ ਆਉਂਦਾ ਸੌਰੀ ਸੌਰੀ ਗਾਇਸ ਸਾਡੇ ਵਿਆਹ ਵੀ ਹੋਇਆ ਤੇ ਮੈਰਿਜ ਵੀ ਹੋਈ ਤੇ ਆਪਣੇ ਕਿਹੜੇ ਮੰਥ ਹੋਇਆ ਸੀ 6 ਅਗਸਤ ਨੂੰ ਹੋਈ ਸੀ ਸਾਡੀ ਮੈਰਿਜ ਹਾਂ ਦੇਖ ਮਹਾ ਹੀ ਅੜੜ ਕੇ ਸ਼ੂਗਰ ਬੰਦੇ ਨੇ 6 ਅਗਸਤ ਨੂੰ ਮੈਰਿਜ ਹੋਈ ਸੀ ਸਾਡੀ ਤੇ 28 ਨੂੰ ਮੇਰਾ ਬਰਥਡੇ ਹੁੰਦਾ ਹਨਾ ਬਰਥਡੇ ਕਿਹਦੇ ਪੁੱਛਿਆ ਫਿਰ ਬਰਥਡੇ ਤੇ ਪੁੱਛੀ ਉਹ ਕਿਦਾਂ ਕਨਫਿਊਜ਼ਿੰਗ ਚਲੋ ਸਾਡਾ ਪਹਿਲਾਂ ਸਾਡਾ ਵਿਆਹ ਹੋਇਆ ਸੀ 6 ਅਗਸਤ 2013 ਦੇ ਵਿੱਚ ਹਨਾ ਠੀਕ ਹੈ ਐਂਡ ਸਾਡਾ ਵਿਆਹ ਛੇਤੀ ਹੋ ਗਿਆ ਸੀ ਕਿਉਂ ਹੋ ਗਿਆ ਸੀ ਛੇਤੀ ਮੈਡਮ ਨੂੰ ਇਹ ਹੁੰਦਾ ਸੀ ਵੀ ਮੈਨਾਂ ਹੋਏ ਸੀ ਹੁਰਗਾ ਕੁੜੀਆਂ ਨਾਲ ਗੱਲਾਂ ਬਾਤਾਂ ਮਾਰਦਾ ਬਟ ਮੈਂ ਇਦਾਂ ਦਾ ਨਹੀਂ ਹਾਂ ਇਸ ਤੋਂ ਇਲਾਵਾ ਕਦੀ ਹੋਈ ਸੀ ਕੁੜੀ ਨਾਲ ਕੋਈ ਗੱਲਬਾਤ ਤੇ ਕੁਛ ਨਹੀਂ ਮੇਰੇ ਇੰਨਾ ਝੂਠ ਸਫਾਈ ਨਾਲ ਕਿੱਦਾਂ ਬੋਲਦਾ ਬੰਦਾ ਆਇਆ ਤੇ ਸਾਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਵਿਆਹ ਦੀ ਕੋਈ ਫੋਟੋ ਪੋਸਟ ਆ ਨਾ ਵੀਡੀਓ ਸ਼ੇਅਰ ਕਰੋ ਕਿਉਂਕਿ ਸਾਡੇ ਕੋਲ ਖੁਦ ਹੀ ਇੰਨੀਆਂ ਕੋਈ ਫੋਟੋਸ ਡਿਟੇਲਸ ਨਹੀਂ ਆਈਆਂ ਸੀ ਸੋਰੀ ਜੀ ਜਿੱਦਣ ਸੰਧੂ ਦੀਆਂ ਹੈਗੀਆਂ ਫੋਟੋਆਂ ਗਿੱਲੇ ਹੋਏ ਦੀਆਂ ਨਾ ਨਾ ਉਹ ਸੱਚ ਹਾਂ ਮੀਂਹ ਵਾਲੇ ਦਿਨ ਮੈਂ ਬੜੀ ਘਰੋੜੀ ਖਾਂਦੀ ਹੁੰਦੀ ਸੀ ਮੈਂ ਸੁਣੀਆਂ ਸੀ ਇਹ ਚੀਜ਼ਾਂ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਜ਼ਿਆਦਾ ਘਰੋੜੀ ਖਾਂਦਾ ਕਿ ਵਿਆਹ ਤੇ ਮੀਂਹ ਬੜਾ ਪੈਂਦਾ ਡੱਗੀ ਵੀ ਤੂੰ ਹੀ ਆ ਬਾਅਦ ਚ ਯਾਰ ਐਡੀ ਵੀ ਨਹੀਂ ਗੱਡੀ ਇਸ ਲੋਨ ਤੋਂ ਬਾਹਰ ਨਿਕਲੀ ਧੌਣ ਭਰਨੇ ਪਈ ਯਾਰ ਸਨੀ ਨੇ ਆ ਤੂੰ ਆ ਉਹ ਨਹੀਂ ਮੈਂ ਇੱਕ ਝੂਠ ਬੋਲੇ ਮੈਂ ਡੱਗੀ ਨਹੀਂ ਸੀ ਪਰ ਸਾਡੇ ਵਿਆਹ ਤੇ ਇੰਨਾ ਡੱਗੀ ਨਹੀਂ ਗੋਤੇ ਖਾਦੇ ਨਾ ਮੰਨ ਜਾ ਮਨਦੀਪ ਸਨੀ ਝੂਠ ਨਹੀਂ ਮਾਰਨਾ ਕਿਉਂਕਿ ਆਪਾਂ ਇਹਨਾਂ ਸੀ ਕਿ ਮੀਂਹ ਬਹੁਤ ਜ਼ਿਆਦਾ ਸੀ ਬਸ ਸਾਡੀ ਕਿਸਮਤ ਇੰਨੀ ਚੰਗੀ ਸੀ ਕਿ ਜਦੋਂ ਵਿਆਹ ਵੀ ਉਤਰਾ ਕੇ ਘਰੇ ਪਹੁੰਚ ਗਏ ਰਾਤ ਨੂੰ ਜਦੋਂ ਨੱਚਣਾ ਟੱਪਣਾ ਸੀ ਡੀਜ਼ੇ ਟਾਈਮ ਉਦੋਂ ਮੀਂਹ ਹਟ ਗਿਆ ਸੀ ਚਲੋ ਅਸੀਂ ਥੋੜਾ ਨੱਚ ਲਿਆ ਤੇ ਸਾਡੀ ਐਸੇ ਸਾਡਾ ਇਦਾਂ ਜਿੱਦਾਂ ਕੋਈ ਪ੍ਰੋਪਰ ਧੂਮ ਧਾਮ ਨਾਲ ਕੋਈ ਵਿਆਹ ਨਹੀਂ ਹੋਇਆ ਸੀ ਕਿਉਂਕਿ ਬਹੁਤ ਜਲਦੀ ਹੋ ਗਿਆ ਸੀ ਬਹੁਤ ਜਲਦੀ ਹੋ ਗਿਆ ਸਾਡਾ ਹੋਇਆ ਸੀ ਸਿੰਪਲ ਵਿਆਹ ਜਿੱਦਾਂ ਕਿਉਂ ਹੋਇਆ ਸੀ ਜਲਦੀ ਨਹੀਂ ਕਿਉਂਕਿ ਸਾਡੀ ਲਵ ਮੈਰਿਜ ਸੀਗੀ ਹੁਣ ਇਹ ਵੀ ਸੱਚ ਸਾਨੂੰ ਸੀਗਾ ਕਿ ਸਾਡੀ ਲਵ ਮੈਰਿਜ ਅਰੇਂਜ ਸੀਗੀ ਸਾਡੀ ਲਵ ਮੈਰਿਜ ਸਾਡਾ ਲਵ ਮੈਰਿਜ ਕੁਝ ਇਦਾਂ ਦੀਆਂ ਚੀਜ਼ਾਂ ਹੈਪਨ ਹੋਈਆਂ ਸੀਗੇ ਸਾਨੂੰ ਬਹੁਤ ਛੇਤੀ ਵਿਆਹ ਕਰਨਾ ਪਿਆ ਮਾਵੇਂ ਸ਼ੌਂਕ ਆ ਵੀ ਯਾਰ ਮੈਂ ਮੇਰਾ ਵਿਆਹ ਹੋ ਚੱਲੇ ਕਿ ਛੇਤੀ ਹਾਂ ਥੈਂਕ ਯੂ ਤੇ ਫਿਰ ਸਾਡਾ ਜਲਦੀ ਜਲਦੀ ਵਿਆਹ ਆ ਸੀ ਤੇ ਬਹੁਤ ਇਦਾਂ ਸੀ ਕਿ ਸਾਡੀ ਪਲੈਨਿੰਗ ਕੁਝ ਹੋਰ ਸੀ ਕਿ ਅਸੀਂ ਇੰਗੇਜਮੈਂਟ ਰਿੰਗ ਸੈਰੇਮਨੀ ਕਰੀਏ ਤੇ ਵਿਆਹ ਲਾਈਕ ਰੁਕ ਕੇ ਕਰਾਂਗੇ ਬਟ ਸਾਡਾ ਕੋਈ ਪਲਾਨ ਨਹੀਂ ਸੀ ਵਿਆਹ ਦਾ ਬਟ ਫਿਰ ਫੈਮਿਲੀ ਨੇ ਜਿੱਦਾਂ ਫਿਰ ਮਤਲਬ ਇਦਾਂ ਕਰਕੇ ਕਰਾ ਕੇ ਜੋ ਵੀ ਜਿਹਦਾ ਸਾਡਾ ਵਿਆਹ ਬਹੁਤ ਛੇਤੀ ਹੋਇਆ ਸਾਡੇ ਕੇਸ ਕਰਕੇ ਅਸੀਂ ਵਧੀਆ ਤਰੀਕੇ ਨਾਲ ਇਹਨਾਂ ਤਿਆਰ ਕੀਤਾ ਨਹੀਂ ਮੈਂ ਹੋਈ ਸੀ ਵੈਸੇ ਬਟ ਥੋੜਾ ਕਿ ਪੁਰਾਣੇ ਜਿਹੇ ਜ਼ਮਾਨੇ ਦੇ ਹਿਸਾਬ ਨਾਲ ਸੀ ਤੇ ਮੇਰੇ ਤੋਂ ਕੋਈ ਬਾੜੀਆਂ ਫੋਟੋਸ ਨਹੀਂ ਹੈਗੀਆਂ ਵੀਡੀਓਸ ਨਹੀਂ ਹੈਗੀਆਂ ਬਟ ਮੈਨੂੰ ਲੱਗਦਾ ਚੁੰਨੀ ਚੜਾਵਾ ਜਿਹਨੂੰ ਕਹਿੰਦੇ ਉਹ ਹੋਇਆ ਸੀ ਹਨਾ ਇਹਨਾਂ ਨੂੰ ਕਾਲੀ ਪੈ ਰਹੀ ਆ ਕਿਉਂਕਿ ਸਾਡਾ ਉਹ ਸੱਚੀ ਯਾਰ ਬਹੁਤ ਭੁੱਖ ਲੱਗੀ ਆ ਯਾਰ ਚਲਿਏ ਫਿਰ ਹੁਣ ਅਸੀਂ ਫੂਡ ਖਾ ਕੇ ਫਿਰ ਆਉਂਦੇ ਆ ਫਿਰ ਆਉਂਦੇ ਆ ਵਾਪਸ ਫਿਰ ਗੱਲਾਂ ਸਟਾਰਟ ਕਰਦੇ ਆ ਉਧਰ ਬਹੁਤ ਸਾਰਾ ਉਹ ਵੇਖ ਲੋ ਸਿੱਖ ਨੂੰ ਘੁਮਾਉਂਦੇ ਆ ਸਿੱਖ ਕਿੱਥੇ ਖੜੀ ਆ ਜਾਂਦੀ ਸਿੱਤਾ ਜੋ ਚੀਜੀ ਆ ਗਈ ਪੁੱਤਰ ਰੋਕਾਂ ਦੇ ਤਾਂ ਜੇ ਸੱਚੀ ਯਾਰ ਬਹੁਤ ਭੁੱਖ ਲੱਗੀ ਰੁਕਿਆ ਜਾ ਕੇ ਯਾਰ ਤੂੰ ਜੰਨੀ ਫੂਟ ਹੈ ਯਾਰ ਆ ਲਾਈਕ ਸਾਸ ਨਹੀਂ ਆ ਲਾਈਕ ਸਾਸ ਨਾ ਸਵਾਦ ਨਾ ਸਾਸ ਨਾ ਖਾ
ਪਲੇਟ ਖਾਲੀ ਹੋ ਗਈ ਮੈਂ ਆਰਡਰ ਕੀਤਾ ਸੀ ਨਾ ਪੈਰੀ ਪੈਰੀ ਚਿਕਨ ਸੈਲਡ ਵੈਰੀ ਨਾਈਸ ਓਕੇ ਆਪ ਪੀਜ਼ਾ ਵੀ ਪੇਸਟ ਹੀ ਨਾ ਚਲੋ ਕੀ ਪਲਾਨ ਹੁਣ ਗਾਈਸ ਦੇਖਦੇ ਆ ਕੁਝ ਦੱਸੋ ਮਸੀ ਤਾਜਾ ਪੁੱਤ ਚਿੜੀ ਦਾ ਮਾਮਾ ਸਣੀ ਹੋਏ ਉਹਨੇ ਨਾ ਪਾਣੀ ਚ ਪੁੱਪੂ ਚਿੜੀ ਦਾ ਮਾਮਾ ਪੁੱਪੂ ਮਨਸੀਪ ਨਾ ਆ ਜਾ ਫਿਰ ਉਹ ਚਿੜੀ ਦੇ ਮੂੰਹ ਚ ਜਾਊਗਾ ਸਿੱਧੀ ਤਾਂ ਪੁੱਤੋ ਇਦਾਂ ਨਹੀਂ ਕਰੀਦਾ ਪੁੱਤ ਆ ਜਾ ਆ ਤੁਹਾਡੇ ਪਾਣੀ ਚ ਕੋਈ ਸੁੱਤੂ ਆ ਤੁਹਾਡੇ ਪਾਣੀ ਆਪਾਂ ਗੰਦਾ ਕਰਾਂਗੇ ਵਧੀਆ ਗੱਲ ਥੋੜੀ ਸੁਣੀ ਆ ਫਿਰ ਤੂੰ ਤੁਹਾਡੇ ਗੱਲ ਦੇ ਵਿੱਚ ਕੁਝ ਲੱਗੂਗਾ ਨਾ ਜਾਨ ਚਲ ਆ ਜਾ ਚਲੋ ਉੱਤੇ ਚੱਲੀਏ ਆਪਾਂ ਪਾਣੀ ਤੇ ਮਾਮ ਚਲੋ ਮਾਮ ਦੇਖੀ ਕਿੰਨਾ ਸੋਹਣਾ ਮਾਮ ਆ ਜਾ ਕੀ ਪਲਾਨ ਹੈ ਅੱਗੇ ਫਿਰ ਹੁਣ ਆਪਣਾ ਇੱਕ ਤੇ ਸਾਡੀ ਆ ਜਾਣੀ ਇਹ ਉਹ ਪਜਾਮਾ ਥੱਲੇ ਕਰੋ ਇਹਦਾ ਉਹ ਥੱਲੇ ਨਾ ਉਹ ਨਹੀਂ ਪੈ ਲਾਸਟਿਕ ਜੀ ਨਹੀਂ ਚੁੱਭ ਜਾਂਦੀ ਉਹ ਹੋ ਗਿਆ ਉਹਦੇ ਪਰ ਇੱਕ ਗੱਲ ਇਹ ਚਾਚੂ ਦੀ ਪੂਛ ਆ ਬੱਚੇ ਨੂੰ ਸੁਣਾ ਲੈਣਾ ਉਹ ਲੋਕ ਪਰ ਅੱਖਦਾ ਨਹੀਂ ਆ ਜਿੰਦਾਬਾਦ ਇਹ ਇਹ ਇਨਸਾਨ ਜਿੰਦਾਬਾਦ ਹਾਂ ਜਾਂ ਮਾਮੀ ਨਹੀਂ ਅੱਖਦਾ ਨਹੀਂ ਤੇ ਮਾਸਾ ਨਹੀਂ ਸਾਹਮਣੇ ਆਉਂਦੇ ਨਿਆਣੇ ਕੋਈ ਨਹੀਂ ਵੀਰ ਜ਼ਿੰਮੇਵਾਰੀਆਂ ਪੈਣ ਵਾਲਾ ਟਾਈਮ ਨਹੀਂ ਘਬਰਾਉਣਾ ਨਹੀਂ ਤੂੰ ਚੱਲਿਆ ਇੰਡੀਆ ਬਸ ਇਸ ਵਾਰੀ ਤੋੜੰ ਗਿਆ ਜਾਣਾ ਹਾਂ ਆਇਆ ਦੀਦੀ ਉਹਨਾਂ ਦਾ ਫੋਨ ਦੀਦੀ ਉਹਨਾਂ ਦਾ ਫੋਨ ਆਇਆ ਕਹਿੰਦੇ ਇਹ ਆ ਇੱਕ ਬੇੜੀ ਜੀ ਚ ਬਹਿ ਜੀਏ ਜਾ ਕੇ ਖੋਲ ਕੇ ਨਿੱਕੀ ਜੀ ਕੋ ਬੇੜੀ ਜੀ ਇਹ ਸੂਣ ਆਪਣੀਆਂ ਹੋਣੀਆਂ ਸਾਰੀਆਂ ਓ ਅੱਛਾ ਅੱਛਾ ਮੈਂ ਕੀ ਕਰਨੀ ਕਿੰਨੇ ਦਾ ਵਾ 600 ਡਾਲਰ ਯਾ ਮੇ ਬੀ ਇੰਡੀਆ ਦਾ ਬੈਸਟ ਕਿਹੜਾ ਫਿਰ ਇਹ ਇੰਗਲੈਂਡ ਤੋਂ ਦੋ ਫਿਰ ਇਦਾਂ ਦੇ ਮਾਈਕ ਆਉਂਦੇ ਨੇ ਇਹ ਤਾਂ ਫਿਰ ਉਹ ਨਹੀਂ ਬਾੜੇ ਵੱਡੇ ਨਹੀਂ ਆ ਚੀਜ਼ ਆਪਾਂ ਕਿੱਦਾਂ ਕੈਰੀ ਕਰਾਂਗੇ ਇੱਕ ਚੀਜ਼ ਤਾਂ ਅਸੀਂ ਲੈ ਚੁੱਕੇ ਆ ਇਹ ਸਾਨੂੰ ਹੁਣ ਪਤਾ ਨਹੀਂ ਕਹਿੰਦੇ ਆਵਾਜ਼ ਬੜੀ ਇਹ ਸਾਨੂੰ ਹੁਣ ਪਤਾ ਨਹੀਂ ਵਧੀਆ ਕਿ ਨਹੀਂ ਬਟ ਅਸੀਂ 450 ਦੇ ਲੱਗੇ ਬੰਦੇ ਲਾਤੇ ਹਣਾ ਨੇਲ ਨੂੰ ਫਰਕ ਨਹੀਂ ਪੈਂਦਾ ਨੇਲ ਨੇ ਦੇਤੇ ਸਾਨੂੰ ਪੈਸੇ ਕੋਈ ਪਤਾ ਨਹੀਂ ਬਸ ਬਾਬਾ ਜੀ ਦੀ ਕਿਰਪਾ ਨੇਲ ਕਹਿੰਦਾ ਕੋਈ ਨਾ ਮੈਂ ਗਿਫਟ ਕਰ ਦਿੰਦਾ ਨੇਲ ਨੇ ਗਿਫਟ ਕਰਤਾ ਸਾਨੂੰ ਵੱਡੇ ਗਿਫਟ ਕੀਤਾ ਵੱਡੇ ਗਿਫਟ ਮੈਂ ਕੋਲੋਂ ਦਿੱਤਾ ਨੇ ਕੋਲੋਂ ਦਿੱਤਾ ਸਾਨੂੰ ਕਹਿੰਦਾ ਕੋਈ ਨਾ ਤੁਹਾਡਾ ਅਗਲੇ ਸਾਲ ਜੇ ਬਰਥਡੇ ਆ ਕੋਈ ਨਾ ਹੋਣੀ ਸਹੀ ਹਣਾ ਮੁੰਡਾ ਦਲੇਰ ਇਹ ਰਿਚ ਬੰਦਾ ਨਹੀਂ ਹੋਣੀ ਕਹਿੰਦਾ ਸਾਨੂੰ ਡਰੋਨ ਲੈ ਕੇ ਦੇਣੀ ਹੈ ਹੁਣ ਇਹਨੇ ਡਰੋਨ ਲੈ ਕੇ ਦੇਣੀ ਹੈ ਸਾਨੂੰ ਡਰੋਨ ਲੈ ਕੇ ਦੇਣੀ ਕਿੰਨੇ ਕਿੰਨੇ ਦੀ ਆ ਨੇਲ ਨੂੰ ਕੁਝ ਵੀ ਨਹੀਂ ਜ਼ਿਆਦਾ 1500 ਨਹੀਂ ਅਸੀਂ ਅਸੀਂ ਕੰਮਾਂ ਚ ਬਹੁਤ ਬਿਜ਼ੀ ਨੇ ਆਪਣੇ ਵੀਰ ਨੂੰ ਲੈ ਆਈਏ ਚੈੱਕ ਕਰਨ ਨੂੰ ਉਹਨੂੰ ਲੈ ਦਈਏ ਉਹਨੂੰ ਅਜੇ ਪਤਾ ਨਹੀਂ ਹੋਣਾ ਪਤਾ ਨਹੀਂ ਅੰਦਰ ਆ ਕੇ ਨਾ ਲੈ ਕੇ ਦੋ ਸਸਿਫਤ ਸਾਡੀ ਸੌਂਗ ਹੀ ਉਹ ਗੱਡੀ ਚ ਚਾਚੂ ਦਾ ਵਧੀਆ ਨਹੀਂ ਕੰਮ ਜੀ ਆਵੇ ਨਹੀਂ ਮੇਰੇ ਤੋਂ ਹੈਗੀ ਹਾਂ ਆ ਮੱਛੀ ਗੰਨ ਮਨਦੀਪ ਚੱਕ ਜਾਂ ਤੈਨੂੰ ਤਾਜ ਮਹਿਲ ਲੈ ਦੇ ਤਾਜ ਮਹਿਲ ਨਹੀਂ ਲੈਣਾ ਇਹ ਪਿੰਕ ਹੈ ਕਿ ਤਾਜ ਮਹਿਲ ਨਹੀਂ ਤੂੰ ਤਾਜ ਮਹਿਲ ਦਿੱਤਾ ਇਹ ਇਹ ਰੰਗ ਕਰਤਾ ਨਹੀਂ ਆ ਵੇ ਲੋ ਨਵਾਂ ਤਾਜ ਮਹਿਲ ਇਹ ਤਾਜ ਮਹਿਲ ਇਹ ਰੰਗ ਕਰਤਾ ਪਿੰਕ ਪੀਚ ਬਣਾਤਾ ਨਾ 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 ਤਾਜ ਮਹਿਲ ਇਹ ਤਾਜ ਮਹਿਲ ਹੀ ਹੋਇਆ ਹਾਂ ਜੋ ਜਦੋਂ ਕੋਈ ਕਹਿ ਦਿੰਦਾ ਨਾ
ਸੋਰੀ ਸ਼ਕਤੀਮਾਨ ਅੱਛਾ ਤੇ ਮੈਂ ਉਹਨਾਂ ਨੂੰ ਵਾਲਾ ਹਾਂਜੀ ਹਾਂਜੀ ਇੱਥੇ ਬਹਿ ਹਾਂਜੀ ਦੇਖ ਨਾਲੇ ਉਂਗਲਾ ਛਪ ਜਾਂਦੀਆਂ ਰਬੁੱਤ ਦੇ ਉਹ ਛੋਣਾ ਪੋਤੀ ਏ ਛੋਟੀ ਲੈਣੇ ਹੋਗੀ ਗੱਡੀ ਦੇ ਬੰਦੇ ਨੂੰ ਪੁੱਛ ਲੈਣੇ ਉਹਨਾਂ ਨੂੰ ਹੋਊਗਾ ਇਹਨਾਂ ਕੋਲ ਛੋਟੀ ਨਹੀਂ ਹਾਂ ਉਹ ਨਹੀਂ ਮਿਲੂਗਾ ਕਾਲਾ ਧਾਗਾ ਬੰਨਣ ਨੂੰ ਕਿੱਥੇ ਬੰਨਣੀ ਹੈ ਕਾਲਾ ਗੱਡੀ ਤੇ ਬੰਨਣੀ ਦਾ ਵਾ ਦੇ ਵਿਭਾ ਨੇ ਬੜੇ ਟਾਈਮ ਦਾ ਕਿਹਾ ਸੀ ਲੈ ਕੇ ਨਹੀਂ ਆਂਦੇ ਰੇ ਯਾਰ ਇੱਕ ਤੋਂ ਨਹੀਂ ਉਹ ਮੇਰੇ ਬੜੇ ਬਾਈ ਦਾ ਨਾਮ ਚੇਂਜ ਕਰਤਾ ਤੂੰ ਤੇ ਵਿਭਾ ਤੇ ਵੀ ਹਰਦੀਪ ਸੰਧੂ ਓਹ ਸੌਰੀ ਪੁੱਤ ਤੂੰ ਕਿ ਨਾ ਸ਼ੋਪ ਵਾਲੇ ਫਿਰ ਆਪਾਂ ਬਾਹਰ ਜਾ ਕੇ ਚਲੋ ਨੇ ਤੁਸੀਂ ਫੜ ਲਓ ਅਸੀਂ ਲੈ ਦਿੰਦੇ ਆ ਓਕੇ ਆ ਜਾ ਮੇਰੇ ਗੁੱਡੇ ਬੱਚਾ ਘਰ ਜਾ ਕੇ ਚਲੋ ਸਹੀ ਆਪਾਂ ਹੁਣ ਲੈ ਲਈਏ ਭਾਂਡੇ ਭਾਂਡੇ ਚਲੋ ਦੇ ਦਿੰਦੇ ਫਿਰ ਭਾਂਡੇ ਦੇਖੇ ਭਾਂਡੇ ਕੀ ਲੈਣਾ ਚਲੋ ਲੈ ਲੋ ਲੈ ਲੋ ਆ ਵੇਖ ਲਾ ਮਨਦੀਪ ਇਹਨੂੰ ਆਦਤ ਦੀ ਉਹ ਗੱਲ ਚੱਕਣ ਦੀ ਨੇ ਤੀਲੀ ਲਾਉਣੀ ਹੋਣੀ ਇਹ ਕਾਹਨ ਲੈ ਲਈਏ ਸੈੱਟ ਹਾਂ ਲੈ ਲਓ ਆਹ ਤੇ ਇੰਨੇ ਜ਼ਿਆਦਾ ਕੀ ਕਰਨੇ ਆਪਾਂ ਆਹ ਲੈ ਲੈਣੇ ਫਿਰ ਆਪਾਂ ਜੀ ਹੁੰਦੇ ਹੁੰਦੇ ਸੀ ਤੇਲ ਪਾ ਕੇ ਹਾਂ ਟਾਈਮ ਲੱਗੇ ਤੇ ਦੀਵਾਲੀ ਸਿਫਤ ਤੇ ਬਿਠਾ ਹੀ ਕਰ ਲੈ ਆਪਣਾ ਘਰ ਲਵੇ ਹਾਂ ਵੀਰ ਕੀ ਜਾਈ ਆਇਆ ਕੁਛ ਪਸੰਦ ਤੁਹਾਨੂੰ ਮੈਂ ਵੀ ਲੈਣਾ ਨਹੀਂ ਕੁਛ ਮੈਂ ਕਰਨਾ ਫਿਰ ਲੈ ਆਹ ਲੈ ਲਾ ਲਾਲ ਜੀ ਕੁੱਕਰ ਤੰਦੂਰ ਆ ਮੈਂ ਦੱਸਦਾ ਇੱਕ ਪਲੇਟ ਚਾਹ ਲਿਆ ਰੱਖ ਦਿਆ ਕਰਾਂਗੇ ਸਬਜ਼ੀ ਸਿਫਤ ਲਈ ਲੈ ਕੇ ਜਾਓ ਦੇਖੋ ਕਿੰਨੇ ਕਿੰਨੇ ਦਾ ਲੱਗਾ ਮੇਰੇ ਬੈਸਟ ਪ੍ਰਾਈਜ਼ ਆਇਆ ਪਰਾਂਦੀ ਇੱਥੇ ਨਹੀਂ ਬੰਨ ਸਕਦੇ ਆ ਜਿਹੜਾ ਲੋਕ ਜਾ ਉਹਨੂੰ ਕੀ ਆ ਉਹ ਕੀ ਚੀਜ਼
ਥੱਲੇ ਲੱਗਣੀ ਵੀਰ ਉੱਥੇ ਤਾਂ ਚੁੱਕ ਕੇ ਬੰਦ ਹੋਰ ਚੁੱਕ ਦੋ ਪਰ ਨਹੀਂ ਯਾਰ ਇਸ ਨੇ ਥੱਲੇ ਆਹ ਕਮੈਂਟ ਪੜੋ ਮੰਦੀ ਫਿਰ ਲੰਮੇ ਪੈ ਜਾ ਮਾੜਾ ਥੱਲੇ ਪੜੋ ਹਲੋ थले परांदी चक्कर नहीं अजे बुरी नजर तो गड्डी बचा लो अपना माझा ब्लॉग ਅਸੀਂ ਸਾਡੀ ਡਿਸਟ੍ਰਿਕਟ ਹੈਗੀ ਆ ਸਾਡੇ ਦੋਨਾਂ ਨੂੰ ਪੈਂਦੀ ਆ ਅੰਮ੍ਰਿਤਸਰ ਨਾ ਅਤੇ ਇਹ ਹੈਗੇ ਆ ਸਨੀ ਹੈਗੇ ਜਿੱਦਾਂ ਮੇਰੇ ਸਹੁਰੇ ਹੈਗੇ ਜੰਡਿਆਲਾ ਗੁਰੂ ਅਤੇ ਮੈਂ ਹੈ ਮੇਰਾ ਹੈਗਾ ਪਿੰਡ ਰਾਜਾ ਹਰਸ਼ਾ ਸ਼ੀਨਾ ਪਿੰਡ ਆ ਜਿੱਦਾਂ ਰਾਜਾ ਸਾਂਸੀ ਏਅਰਪੋਰਟ ਅੰਮ੍ਰਿਤਸਰ ਵਾਲਾ ਅਤੇ ਉਹਦੇ ਲਾਗੇ ਪਿੰਡ ਆ ਮੇਰਾ ਹਰਸ਼ਾ ਸ਼ੀਨਾ ਤਰੀਕ ਤੋਂ ਬਾਅਦ ਫਿਰ ਆਪਾਂ 2-3 ਸਾਲ ਬਾਅਦ ਮੈਨੂੰ ਲੱਗਦਾ ਬਾਅਦ ਆਏ ਹਾਂ ਬਾਹਰ ਹਨਾ ਹਾਂ ਸਾਡੀ 13 ਤੋਂ ਹੋਈ ਮੈਰਿਜ ਅਤੇ ਅਸੀਂ ਆਏ ਹਾਂ 2015 'ਚ ਹਾਂ 2015 'ਚ ਆਏ ਹਾਂ ਅਤੇ ਸਨੀ ਨੇ ਆਈਲੈਟਸ ਹੋਈ ਨਹੀਂ ਵੀਰ 10 ਬੈਂਡ ਆਈ ਹਾਂ ਸਾਰੀਆਂ ਫੋਟੋਸ ਸਣੀ ਕਿੱਦਾਂ ਦੇ ਲੱਗਦੇ ਮੰਦੀ ਤੂੰ ਪਾਈ ਆਪਣੀਆਂ ਫੋਟੋਆਂ ਕਿੱਦਾਂ ਦੇ ਮਤਲਬ ਕੀ ਪੂਰੀ ਦੇਸਣੀ ਹੀ ਇਹ ਮੈਨੂੰ ਹੁਣ ਕੀ ਹੋਇਆ ਮੈਂ ਹਜੇ ਵੀ ਦੇਸਣੀ ਆ ਦੇਸੀ ਬੰਦੇ ਦੇਸੀ ਹੁੰਦੇ ਯਾਰ ਨਹੀਂ ਠੀਕ ਆ ਬਟ ਉਦੋਂ ਇਹਨੇ ਪਤਾ ਹੀ ਕਰਨਾ ਇਹਨੇ ਤੇਲ ਲਾ ਕੇ ਆਣਾ ਚੋਪੜਿਆ ਹੁੰਦਾ ਸੀ ਤੇਲ ਦੋਨੇ ਪਾਸੇ ਚੀਰ ਕੱਢਣਾ ਵਾਲਾਂ ਦਾ ਵੀਰ ਆਪਣਾ ਦਾ ਨਹੀਂ ਵਾਲ ਬੋਲ ਵਧੀਆ ਸੀ ਵੀਰ ਮੈਂ ਤੇ ਤੇਰੀ ਵਿਆਹ ਵਾਲੀ ਫੋਟੋ ਦਾ ਫੈਨ ਹੋ ਗਿਆ ਨਾ ਇਹਦੀ ਵਾਲ ਨਹੀਂ ਨਹੀਂ ਇਹਦੇ ਵਾਲ ਵਧੀਆ ਸੀ ਜਿਹੜਾ ਭਿੱਜੇ ਹੋਏ ਸੀ ਨਹੀਂ ਗੁੱਤ ਬਹੁਤ ਲੰਮੀ ਸੀ ਮੰਦੀ ਦੇ ਵਾਲ ਵਧੀਆ ਸੀ ਯਾਰ ਜਿੱਦਾਂ ਦੀ ਮਰਜ਼ੀ ਚਲ ਠੀਕ ਹੈ ਮੈਂ ਮੋਟੀ ਹੁੰਦੀ ਸੀ ਪਹਿਲੇ ਬੋਲ ਹੋ ਜੀ ਹਨਾ ਮੋਟੀ ਹੁੰਦੀ ਹਾਂ ਪਰ ਮੈਂ ਤੇ ਵੀਰ ਦੀ ਆਧਾਰ ਕਾਰਡ ਵਾਲੀ ਫੋਟੋ ਦਾ ਫੈਨ ਹਾਂ ਪਰ ਮੇਨ ਗੱਲ ਯਾਰ ਤੁਸੀਂ ਮੈਨੂੰ ਪਸੰਦ ਕੀ ਆਧਾਰ ਕਾਰਡ ਵਾਲੀਆਂ ਫੋਟੋਆਂ ਦੇ ਸਾਰੇ ਫੈਨ ਹੁੰਦੇ ਆ ਪਾਸਪੋਰਟ ਜਿਹੜੀ ਪਾਸਪੋਰਟ ਤੇ ਫੋਟੋ ਲੱਗੀ ਮੈਂ ਜਦੋਂ ਇਮੀਗ੍ਰੇਸ਼ਨ ਵਾਲੇ ਉਹ ਇਹਦੇ ਕਿ ਉਹ ਪਛਾਣਦੇ ਨਹੀਂ ਉਹ ਪਛਾਣਦੇ ਨਹੀਂ ਜਦੋਂ ਅਸੀਂ ਮੈਲਬੌਰਨ ਗਏ ਸੀ ਉਦੋਂ ਵਾਲ-ਵੂਲ ਕਟਵਾਤੇ ਛੋਟੇ ਕਰਾਏ ਉਹ ਮੈਨੂੰ ਦੇਖੇ ਆਫੀਸਰ ਇਹ ਤੂੰ ਹੀ ਮੈਂ ਹਾਂਜੀ ਹਾਂਜੀ ਮੈਂ ਹੀ ਆ ਨਹੀਂ ਇਹ ਹੁੰਦਾ ਵਾ ਯਾਰ ਥੋੜੀ ਬੰਦੇ ਦੇ ਲੁੱਕ ਚੇਂਜ ਹੋ ਜਾਂਦੇ ਕਿਉਂਕਿ ਮੈਂ ਮਨਦੀਪ ਦੀ ਕਾਫੀ ਚੇਂਜ ਹੋ ਗਈ ਕਿਉਂਕਿ ਮੈਂ ਆਈ ਪਿੰਡ ਤੋਂ ਸੀ ਜਿੱਦਾਂ ਉੱਥੇ ਤੇ ਮੈਂ ਬਿਲਕੁਲ ਵੈਸਟਰਨ ਕੱਪੜੇ ਨਹੀਂ ਪਾਉਂਦੀ ਸੀ ਸਿਰਫ ਸੂਟ ਪਾਉਂਦੀ ਹੁੰਦੀ ਸੀਗੀ ਗੁੱਤ ਕਰਦੀ ਹੁੰਦੀ ਸੀ ਕੋਈ ਵਾਲ ਖੁੱਲੇ ਨਹੀਂ ਕੋਈ ਫੈਸ਼ਨ ਨਹੀਂ ਬਟ ਇੱਕ ਸਿੰਪਲ ਸਾਦੀ ਜੀ ਸੀਗੀ ਪੰਜਾਬੀ ਸੂਟ ਗੁੱਤ ਬਸ ਇਹ ਪਰ ਇਹ ਨਹੀਂ ਵੀ ਇੱਥੇ ਆਣ ਕੇ ਉੱਥੇ ਇੰਡੀਆ ਹੀ ਇਹਦੇ ਵਾਲ ਚੜਨ ਲੱਪੇ ਸੀ ਕਾਫੀ ਹਾਂ ਵਾਲਾਂ ਚ ਪ੍ਰੋਬਲਮ ਹਾਂ ਵਾਲ ਕਾਫੀ ਖਰਾਬ ਹੋ ਗਏ ਫਿਰ ਇਹਨੇ ਥੋੜੇ ਵਾਲ ਵੂਲ ਨਹੀਂ ਹੁਣ ਮੈਂ ਵਾਲ ਲੰਬੇ ਰੱਖਨੇ ਆਪਣੇ ਪਰ ਮੇਰੇ ਵਾਲ ਪਤਲੇ ਬੜੇ ਹੋ ਗਏ ਪਰ ਮੈਂ ਸੋਚ ਰਹੀ ਕਿ ਮੈਂ ਵਾਲ ਹੁਣ ਨਹੀਂ ਕਦੀ ਵੀ ਕਟਵਾਣੇ ਹੁਣ ਮੈਂ ਵਾਲ ਲੰਬੇ ਰੱਖਨੇ ਆ ਪਹਿਲੇ ਵਰਗੀ ਬਣ ਜਾਣਾ ਕੋਕੇ ਕੋਕੇ ਲਾ ਦੇਣਾ ਤੋ ਇੰਨੀ ਕਿ ਸਾਡੀ ਸਟੋਰੀ ਸੀਗੀ ਜਿੱਦਾਂ ਸਾਨੂੰ ਜਿੰਨਿਆਂ ਕਿ ਸਾਨੂੰ ਪੁੱਛਿਆ ਗਿਆ ਸੀ ਜੇ ਹੋਰ ਵੀ ਕੋਈ ਸਵਾਲ ਜਵਾਬ ਹੋਵੇ ਸਾਨੂੰ ਪੁੱਛ ਲੈ ਹੀ ਦੱਸ ਦਾਂਗੇ ਹਾਂ ਸਹੀ ਗੱਲ ਆ ਤੇ ਸਾਡਾ ਗੁੱਡੂ ਪੁੱਤ ਅੱਬ ਹੁਣ ਸਾਡੀ ਜ਼ਿੰਦਗੀ 'ਚ ਆਇਆ ਸੋ ਸਾਡੀ ਜ਼ਿੰਦਗੀ ਬਹੁਤ ਹੈਪੀ 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 ਚੱਲ ਰਹੀ ਆ ਅਤੇ ਹੁਣ ਸਾਡਾ ਇਸ ਤੋਂ ਨਹੀਂ ਪਤਾ ਹੁਣ ਅਸੀਂ ਸਾਨੂੰ ਸੀਗਾ ਪਤਾ ਨਹੀਂ ਅਸੀਂ ਕਿੱਥੇ ਜਾਣਾ ਕੀ ਕਰਨਾ ਸਾਡਾ ਕਿਸੇ ਦਾ ਕੋਈ ਪਲਾਨ ਨਹੀਂ ਵੈਸੇ ਢਿੱਡ ਸਾਡੇ ਭਰੇ ਹੋਏ ਇਹ ਕਹਿੰਦੇ ਸੀ ਇੱਥੋਂ ਕੁਲਚੇ ਖਾ ਕੇ ਜਾਣੇ ਆ ਪਰ ਅਜੇ ਸਾਡੇ ਢਿੱਡ 'ਚ ਸਪੇਸ ਨਹੀਂ ਹੈਗੀ ਦੇਖਦੇ ਹਾਂ ਹੁਣ ਅਸੀਂ ਕੀ ਕਰਦੇ ਕੀ ਕਰਨਾ ਘਰੇ ਜਾ ਕੇ ਫਿਰ ਚੱਲੀਏ ਕਰੋ ਫੇਰ ਆਏ ਨੇ ਵਾਪਸ ਹੁਣ ਅਸੀਂ ਚੱਲੇ ਹਾਂ ਘਰੇ ਚੇਂਜ ਕਰਕੇ ਆਏਂਗੇ ਡਰੈਸਿੰਗ ਕੱਪੜੇ ਚੇਂਜ ਕਰਕੇ ਆਏਗੀ ਡਰੈਸਿੰਗ ਉਹ ਤਾਂ ਵੀਰ ਕਰਦਾ ਰਹਿਣਾ ਨਾ ਸਟਾਰ ਬੰਦੇ ਨੂੰ ਜ਼ਿਆਦਾ ਉਹ ਤਾਂ ਵੀਰ ਕਰਦਾ ਰਹਿਣਾ ਇਹਨੇ ਇੱਕ ਦਿਨ ਚ ਚਾਰ ਵਾਰਾਂ ਕੱਪੜੇ ਇੱਕ ਦਿਨ ਚ ਨਹੀਂ ਇੱਕ ਘੰਟੇ ਚ ਵੀ ਕਰ ਲੈਂਦਾ ਵੀਰ ਚਾਰ ਕਰ ਲੈਂਦਾ ਜੇ ਤੂੰ ਪਤਾ ਕੋਈ ਨਹੀਂ ਜੀ ਆਹ ਪਾ ਕੇ ਆ ਜਾਂਦੇ ਉਸੇ ਵੇਲੇ ਦੂਜੀ ਲਾ ਦੇਣੀ ਜੇ ਦੂਜੀ ਪਾਈ ਉਸੇ ਵੇਲੇ ਉਹ ਪਾ ਦੇਣੀ ਜਿੱਦਾਂ ਪਹਿਲਾਂ ਵਿਆਹ ਦੇ ਵਿੱਚ ਪਹਿਲਾਂ ਚੇਨ ਕਰ ਲੈਣ ਬਾਅਦ ਚ ਫੇਰ ਚੇਨ ਕਰਨੇ ਹਨਾ ਪਹਿਲਾਂ ਲਹਿੰਗਾ ਪਾ ਲੈਣਾ ਫਿਰ ਪਤਾ ਨਹੀਂ ਪਹਿਲਾਂ ਸੂਟ ਪਾ ਲੈਣਾ ਲਾਵਾਂ ਫੇਰ ਇਹਦੇ ਕੋਲ ਕੁਝ ਲਹਿੰਗਾ ਫੇਰ ਚੇਨ ਕਰ ਲੈਣਾ ਚਲ ਠੀਕ ਆ ਓਕੇ ਹੁਣ ਅਸੀਂ ਜਾ ਰਹੇ ਹਾਂ ਫਿਲਹਾਲ ਦੀ ਪਤਾ ਨਹੀਂ ਘਰੇ ਜਾ ਰਹੇ ਕਿੱਥੇ ਜਾ ਰਹੇ ਹਰਪਾਲ ਭਾਜੀ ਉਹਨੇ ਵੀ ਕੰਮ ਤੋਂ ਆ ਗਿਆ ਤੇ ਅਸੀਂ ਹੁਣ ਉਹਨਾਂ ਨੂੰ ਕਰਾਂਗੇ ਪਿੱਕ ਤੇ ਹਰ ਭਾਈ ਦਾ ਵੀ ਦੱਸ ਦੇਣਾ ਸਾਰੇ ਪੁੱਛਦੇ ਉਹ ਨੈਕਸਟ ਵਲੌਗ ਚ ਦੱਸ ਦਾਂਗੇ ਹਨਾ ਹੁਣ ਬਹੁਤ ਲੰਮਾ ਹੋ ਜਾਣਾ ਫਿਰ ਹੁਣ ਭਾਜੀ ਉਹਨਾਂ ਦੇ ਵੀਜ਼ਾ ਸਾਰਾ ਕੁਝ ਦੱਸਾਂਗੇ ਇਹ ਕਰਾਂਗੇ ਜੈਮੀ ਜੈਮੀ ਹੋਏਗੀ ਆ ਫਿਰ ਦੇਖਦੇ ਆਂ ਅਸੀਂ ਨਾਈਟ ਦਾ ਡਿਨਰ ਡੁਨਰ ਦਾ ਕੀ ਪਲਾਨ ਆ ਸਾਡਾ ਬੈਕਗ੍ਰਾਉਂਡ ਮਿਊਜ਼ਿਕ
ਫਿਰ ਚੇਂਜ ਵੇਂਜ ਕਰਕੇ ਫਿਰ ਤੁਹਾਨੂੰ ਮਿਲਦੇ ਆ ਐਂਡ ਤੱਕ ਵਲੌਗ ਤੁਸੀਂ ਦੇਖਿਓ। ਥੈਂਕ ਯੂ ਸੋ ਮਚ। ਥੈਂਕ ਯੂ।